ਆਪ ਦੇ ਮੁਲਕ ਦਾ ਨਾਵਰ ਫਨਕਾਰ ਆਪਣੀ ਮਿਸਾਲ ਆਪ ਫਖਰੇ ਪਾਕਿਸਤਾਨ ਹਜ਼ਾਰਾਂ ਹਾਂ ਕਿਸਤਾਂ ਦੇ ਫਨਕਾਰ ਤਸ਼ਰੀਫ ਲੈ ਕੇ ਆਏ ਨੇ ਜਨਾਬ ਸ਼ੌਕਤ ਅਲੀ ਰਾਜਾ ਪੂਰੀ ਤੇ ਮੁਕੰਮਲ ਟੀਮ ਦੇ ਨਾਲ ਜਨਾਬ ਤਸ਼ਰੀਫ ਲੈ ਆਏ ਨੇ ਮੁਲਕ ਦੇ ਨਾਵਰ ਫਨਕਾਰ ਸ਼ੌਕਤ ਅਲੀ ਰਾਜਾ ਸਾਰੇ ਦੋਸਤਾਂ ਨੂੰ ਸ਼ੌਕਤ ਅਲੀ ਰਾਜਾ ਸਲਾਮ ਅਰਜ਼ ਕਰਦਾ ਹੈ ਮਸ਼ਕੂਰ ਹਾਂ ਤੁਹਾਡੇ ਤੁਸੀਂ ਆਪਣੇ ਪਿੰਡ 'ਚ ਦਾਵਤ ਦਿੱਤੀ ਮੌਕਾ ਮਿਲਿਆ ਔਰ ਬਹੁਤ ਜ਼ਿਆਦਾ ਪਿਆਰ ਹੈ ਸਾਰੇ ਦੋਸਤਾਂ ਦੇ ਮੈਂ ਸਮਝਦਾ ਜਿਹਨਾਂ ਬੁਲਾਇਆ ਉਹਨਾਂ ਦੇ ਵੀ ਜਿਹੜੇ ਸੁਣਨ ਵਾਸਤੇ ਆਏ ਨੇ ਉਹਨਾਂ ਦੇ ਵੀ ਬਹੁਤ ਪਿਆਰ ਹੈ ਔਰ ਮਸ਼ਕੂਰ ਹਾਂ ਸਾਰੇ ਦੋਸਤਾਂ ਦੀ ਔਰ ਕੋਸ਼ਿਸ਼ ਕਰਾਂਗੇ ਤੁਸੀਂ ਸਾਰੇ ਰਾਜ਼ੀ ਹੋ ਜਾਓ ਕਿਉਂਕਿ ਜਦੋਂ ਬੇਲੀ ਸਾਰੇ ਰਾਜ਼ੀ ਹੋ ਜਾਣ ਤਾਂ ਫਿਰ ਮੈਂ ਸਮਝਦਾ ਇਸ ਤੋਂ ਵੱਡੀ ਰੱਬ ਦੀ ਰਹਿਮਤ ਕੋਈ ਨਹੀਂ ਹੁੰਦੀ ਅਤੇ ਜਿਹੜੀ ਵੀ ਫਰਮਾਇਸ਼ ਹੋਵੇ ਮੈਨੂੰ ਦੱਸਦੇ ਰਹਿਣਾ ਮੈਂ ਆਪਣੀ ਮਰਜ਼ੀ ਨਾਲ ਕੋਲੋਂ ਸੁਣਾਵਾਂ ਕਿਉਂਕਿ ਜਿਹੜੀਆਂ ਤੁਹਾਡੀਆਂ ਫਰਮਾਇਸ਼ਾਂ ਨੇ ਮੈਂ ਉਹ ਸੁਣਾਉਂਦਾ ਜਾਵਾਂ ਅਤੇ ਪਹਿਲਾ ਗਾਣਾ ਰਮਜ਼ਾਨ ਦੀ ਨਜ਼ਰ ਹੈ ਇਹ ਬੜਾ ਗਾਣਾ ਤਾਂ ਪੁੱਠਾ ਜਿਹਾ ਕਹਿ ਦਿੱਤਾ ਸੋ ਚਲੋ ਖੈਰ ਮੈਂ ਚਾਹ ਰਿਹਾ ਸਰ ਦੌੜੇ ਨਾਲ ਤੁਹਾਨੂੰ ਕੋਈ ਚੀਜ਼ ਸੁਣਾਵਾਂ ਲੇਕਿਨ ਇਹ ਦੌੜੇ ਦੇ ਬਿਨਾਂ ਸੁਣਾ ਦੇਣਾ ਜਿਹੜਾ ਤੁਸੀਂ ਕਹਿ ਰਹੇ ਹੋ ਉਹ ਕਿਸੇ ਦਰਜ਼ੀ ਨੇ ਸੀਤਾ ਇੱਕ ਮਾਲ ਬੜਾ ਸਜਿਆ ਹੈ ਸਜਣਾ ਨੂੰ ਲਾਲ ਜੋੜਾ ਉਹ ਬੜਾ ਸਜਿਆ ਹੈ ਸਜਣਾ ਨੂੰ ਲਾਲ ਜੋੜਾ ਖੈਰ ਗਾਣੇ ਸੁਣਾਵਾਂਗੇ ਲੇਕਿਨ ਆਸ਼ਕ ਨੂੰ ਬੜਾ ਪਤਾ ਹੁੰਦਾ ਮੇਰਾ ਮਸ਼ੂਕ ਕਿਹੋ ਜਿਹਾ ਹੋਣਾ ਚਾਹੀਦਾ ਹੈ ਉਹਦੇ ਕੱਪੜੇ ਕਿਹੋ ਜਿਹੇ ਹੋਣੇ ਚਾਹੀਦੇ ਨੇ ਉਹਦੇ ਵਾਲ ਕਿਹੋ ਜਿਹੇ ਹੋਣੇ ਚਾਹੀਦੇ ਨੇ ਕਿਉਂਕਿ ਜਿਹੜੀ ਚੀਜ਼ ਸੋਹਣੀ ਲੱਗੇ ਉਹ ਕੋਜੀ ਵੀ ਹੋਵੇ ਤਾਂ ਬੰਦਾ ਉਹਨੂੰ ਚੰਗਾ ਬਣਾ ਹੀ ਲੈਂਦਾ ਜਿਹਨੂੰ ਬੰਦਾ ਇਸ਼ਕ ਕਰਦਾ ਹੋਵੇ ਅਤੇ ਅੱਲਾ ਨਾ ਕਰੇ ਕਿਸੇ ਨੂੰ ਕਿਸੇ ਨਾਲ ਪਿਆਰ ਹੋ ਜਾਏ ਅੱਲਾ ਨਾ ਕਰੇ ਮੈਂ ਅਕਸਰ ਗੱਲ ਕਰਦਾ ਜੇ ਹੋ ਜਾਏ ਤਾਂ ਲੱਭ ਜਾਏ ਫਿਰ ਤਾਂ ਮੌਜਾਂ ਅਤੇ ਜੇ ਨਾ ਲੱਭੇ ਤਾਂ ਫਿਰ ਸਾਰੀ ਸਾਰੀ ਰਾਤ ਗਲੀਆਂ 'ਚ ਪਾਉਂਦੇ ਅਤੇ ਰੋਂਦੇ ਬੰਦੇ ਵੇਖੇ ਹੁੰਦੇ ਹੁੰਦਾ ਕਿਉਂਕਿ ਇਸ਼ਕ ਐਸੀ ਮਰਜ਼ੇ ਅਤੇ ਉਹਦੇ 'ਚ ਅਸੀਂ ਇਹ ਕੀ ਲਿਖਿਆ ਸੀ ਗਾਣਾ ਇਹ ਮੈਂ ਤੁਸੀਂ ਸੁਣੇ ਹੋਣੇ ਉਹ ਕਿਸੇ ਦਰਜ਼ੀਰ ਸੀਤਾ ਇੱਕ ਮਾਲ ਜੋੜਾ ਉਹ ਬੜਾ ਸਜਿਆ ਏ ਸਜਣਾ ਨੂੰ ਲਾਲ ਜੋੜਾ ਲੱਗਦਾ ਏ ਨਵਾਂ ਨਵਾਂ ਆਇਆ ਏ ਡਿਜ਼ਾਈਨ ਉਹ ਖੁੱਲੇ ਖੁੱਲੇ ਘੇਰੇ ਉੱਤੇ ਨਿੱਕਾ ਜਿਹਾ ਭੈਣ ਉਹ ਬੜਾ ਫੱਬਿਆ ਏ ਬੜਾ ਫੱਬਿਆ ਏ ਕਿਰੀਆਂ ਵਾਲ ਜੋੜਾ ਬੜਾ ਸਜਿਆ ਏ ਸਜਣਾ ਨੂੰ ਲਾਲ ਜੋੜਾ ਕਿਸੇ ਦਰਜ਼ੀ ਨੇ ਸੀਤਾ ਇੱਕ ਮਾਲ ਜੋੜਾ ਕਿਸੇ ਦਰਜ਼ੀ ਨੇ ਸੀਤਾ ਇੱਕ ਮਾਲ ਜੋੜਾ ਬੜਾ ਸਜਿਆ ਏ ਬੜਾ ਸਜਿਆ ਏ ਸਜਣਾ ਨੂੰ ਲਾਲ ਜੋੜਾ
مالي جوڑا